ਤੁਹਾਡਾ ਸਵਾਗਤ ਹੈ ਜੀ ਰੈਗੂਲਰ ਗਰਾਊਂਡ 24 ਨਿਊਜ਼ ਚੈਨਲ 'ਤੇ। ਮੈਂ ਤੁਹਾਡਾ ਆਪਣਾ ਰਾਜ ਗਾਲਬ। ਚੋਣ ਦੰਗਲ ਇਸ ਟਾਈਮ ਪੂਰਾ ਮਗ ਚੁੱਕਿਆ। ਜਗਰਾਓਂ ਹਲਕੇ ਦੀ ਗੱਲ ਕਰੀਏ ਤਾਂ ਇੱਥੋਂ ਜੋ BJP ਦੇ ਕੈਂਡੀਡੇਟ ਹੈਗੇ ਆ ਕੁੰਵਰ ਨਰਿੰਦਰ ਸਿੰਘ ਜੀ ਨਾਲ ਆਪਾਂ ਗੱਲਬਾਤ ਕਰਾਂਗੇ। ਉਹਨਾਂ ਦਾ ਜੋ ਸਿਆਸੀ ਕੈਰੀਅਰ ਹੈਗਾ ਉਹਨਾਂ ਨੇ ਸਟਾਰਟ ਕੀਤਾ ਹੈਗਾ ਅਤੇ ਕੀ ਗੱਲਬਾਤ ਉਹਨਾਂ ਦੀ ਚੋਣ ਸੰਬੰਧੀ ਹੈਗੀ ਆ, ਕੀ ਉਹਨਾਂ ਦੇ ਵਿਚਾਰ ਹੈਗੇ ਆ ਅਤੇ ਕੀ ਉਹਨਾਂ ਦਾ ਮਿਸ਼ਨ ਹੈਗਾ ਅੱਗੇ ਜੋ ਇਹਨਾਂ ਨੇ BJP ਤੋਂ ਕੈਂਡੀਡੇਟ ਜਗਰਾਓਂ ਹਲਕੇ ਦੀ ਆਏ ਹੈਗੇ ਆਪਾਂ ਗੱਲਬਾਤ ਕਰਾਂਗੇ। ਧੰਨਵਾਦ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਸਾਰਿਆਂ ਨੂੰ ਆਪ ਜੀ ਦੇ ਚੈਨਲ ਥਰੂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ। ਇੱਕ ਸਰ ਮੇਰਾ ਪਹਿਲਾ ਹੀ ਸਵਾਲ ਹੈਗਾ, ਆਪਣਾ ਜੋ ਪਿਛੋਕੜ ਹੈਗਾ ਜੋ ਉਹ ਆਪਾਂ ਕਲੀਅਰ ਕਰ ਦਈਏ ਜੀ। ਪਹਿਲਾਂ ਮੈਂ ਕੰਵਰ ਨਰਿੰਦਰ ਸਿੰਘ ਰਿਟਾਇਰਡ ਤਹਿਸੀਲਦਾਰ ਹਾਂ ਜੀ। ਮੈਂ ਪਿਛਲੇ 10-12 ਸਾਲ ਬਤੌਰ ਤਹਿਸੀਲਦਾਰ ਲੁਧਿਆਣੇ ਰਿਹਾ। ਮੇਰੀ ਬੈਕਗਰਾਊਂਡ, ਮੇਰੇ ਫਾਦਰ ਜਿਹੜੇ ਉਹ ਰਿਟਾਇਰਡ ਆਰਮੀ ਔਫਿਸਰ ਸੀ। ਮੇਰੇ ਮਦਰ ਇਨ ਲਾ ਮੈਡਮ ਨਰਿੰਦਰ ਬੀਬਾ ਜੀ ਫੇਮਸ ਫੀਮੇਲ ਸਿੰਗਰ ਸੀ ਅਤੇ ਮੈਂ ਭਾਰਤੀ ਜਨਤਾ ਪਾਰਟੀ 'ਚ ਬਤੌਰ ਨਾਇਕ, ਬਤੌਰ ਇੱਕ ਵਰਕਰ, ਮੈਂ ਸ਼੍ਰੀ ਨਰਿੰਦਰ ਮੋਦੀ ਜੀ ਦੀ ਆਪਣੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੈਂ ਸ਼ਾਮਿਲ ਹੋਇਆ। ਦੂਜਾ ਮੇਰਾ ਸਵਾਲ ਹੈਗਾ ਸਰ, ਆਪਣਾ ਜੋ ਮਿਸ਼ਨ ਹੈਗਾ, ਮਤਲਬ ਤੁਸੀਂ ਜਗਰਾਓਂ ਹਲਕੇ ਤੋਂ ਚੋਣ ਲੜਨ ਲਈ ਆਏ ਹੋ, ਕਿਵੇਂ ਲੱਗਦਾ, ਕਿਉਂ ਤੁਸੀਂ ਚੋਣ ਕੀਤੀ ਜਗਰਾਓਂ ਹਲਕੇ ਦੀ? ਮੈਨੂੰ ਭਾਰਤੀ ਜਨਤਾ ਪਾਰਟੀ ਨੇ ਆਪ ਭੇਜਿਆ ਹੈਗਾ। ਸ਼ਾਇਦ ਮੈਂ ਇੰਨੇ ਕਾਬਲ ਨਹੀਂ ਸੀਗਾ, ਫਿਰ ਵੀ ਉਹਨਾਂ ਨੇ ਮੈਨੂੰ ਕਾਬਲ ਸਮਝ ਕੇ ਜਗਰਾਓਂ ਭੇਜਿਆ। ਜਗਰਾਓਂ ਜਿਹੜਾ ਹੈ ਏਰੀਆ ਹੈਗਾ, ਸ਼ਹਿਰ ਹੈ, ਇਹਦੇ ਵਿੱਚ ਬਹੁਤ ਦੇਰ ਦੀ ਮੰਗ ਸੀ ਜਗਰਾਓਂ ਦੇ ਵਾਸੀਆਂ ਦੀ, ਇੱਥੋਂ ਦੇ ਵਰਕਰ ਦੀ, ਕਿ ਵੀ ਸਾਨੂੰ BJP ਦਾ ਕੈਂਡੀਡੇਟ ਦਿੱਤਾ ਜਾਵੇ। ਇਹ ਉਹਨਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਮੈਨੂੰ ਇੱਥੇ ਭੇਜਿਆ ਗਿਆ। ਮੈਨੂੰ ਜਗਰਾਓਂ ਦੀਆਂ ਸਾਰੀਆਂ ਪ੍ਰੋਬਲਮਸ ਪਤਾ ਹੈ ਅਤੇ ਮੇਰਾ ਮਿਸ਼ਨ ਹੀ ਇਹੀ ਹੋਊਗਾ ਕਿ ਵੀ ਜਗਰਾਓਂ ਦੀ ਪ੍ਰੋਬਲਮ ਸੋਲਵ ਕਰਨਾ। ਸਰ ਇੱਥੇ ਜੋ ਪਿਛਲੇ ਜੋ ਮਤਲਬ ਅਲੱਗ ਅਲੱਗ ਪਾਰਟੀਆਂ ਦੇ ਪਹਿਲਾਂ ਵੀ BJP ਲੜਦੀ ਰਹੀ ਹੈਗੀ ਆ ਜਗਰਾਓਂ ਹਲਕੇ ਤੋਂ, ਜਗਰਾਓਂ ਹਲਕੇ ਦੇ ਵਿੱਚ ਵੀ ਮਤਲਬ ਜ਼ਿੰਮੇਵਾਰ ਹੈਗੇ ਆ ਵਿਅਕਤੀ ਜਿਵੇਂ ਪ੍ਰਧਾਨ ਹੈਗੇ ਇੱਥੋਂ ਦੇ ਜਾਂ ਹੋਰ ਵੀ, ਮਤਲਬ ਤੁਹਾਡੀ ਹੀ ਚੋਣ ਕਿਉਂ ਕੀਤੀ BJP ਨੇ ਲੁਧਿਆਣੇ ਤੋਂ? ਗੱਲ ਇਹ ਕਿ ਵੀ ਪਹਿਲਾਂ ਜਦੋਂ BJP ਲੜਦੀ ਸੀਗੀ ਕਿਸੇ ਦੇ ਨਾਲ, ਜਿਵੇਂ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਪਾਰਟੀਆਂ ਨਾਲ ਰਲ ਕੇ ਲੜਦੀ, ਹੁਣ BJP ਆਪਣੇ ਬਲਬੂਤੇ 'ਤੇ ਆਪ ਹੀ ਲੜ ਰਹੀ ਹੈ। ਇਹਦੇ ਕਰਕੇ ਮਤਲਬ BJP ਨੇ ਆਪਣੇ ਯੋਗ ਕੈਂਡੀਡੇਟ ਹੀ ਹਰ ਥਾਂ 'ਤੇ ਉਤਾਰੇ ਹੈਗੇ। ਸ਼ਾਇਦ ਮੈਨੂੰ ਯੋਗ ਸਮਝਿਆ ਤਾਂ ਹੀ ਮੈਨੂੰ ਉਤਾਰਿਆ ਗਿਆ। ਦੂਸਰਾ ਸਰ ਦੇਖੋ, BJP ਦਾ ਪੰਜਾਬ ਦੇ ਵਿੱਚ ਜੋ ਕਾਲੇ ਕਾਨੂੰਨ ਹੈਗੇ ਸੀਗੇ ਉਹ ਹੁਣ ਚਲੋ BJP ਨੇ ਵਾਪਸ ਲੈ ਲਏ। ਮੋਦੀ ਜੀ ਨੇ ਫਿਰੋਜ਼ਪੁਰ ਆਉਣਾ ਸੀਗਾ ਪਰ ਫਿਰੋਜ਼ਪੁਰ ਪਹੁੰਚੀ ਨਹੀਂ, ਇਹ ਕਿਸਾਨਾਂ ਨੇ ਰੋਕ ਦਿੱਤੇ ਗਏ। ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਹੈਗਾ ਜੇ ਮੋਦੀ ਸਾਹਿਬ ਵਧੀਆ ਐਲਾਨ ਹੋਰ ਪੈਕੇਜ ਮਤਲਬ ਪੰਜਾਬ ਨੂੰ ਦੇ ਸਕਣ। ਦੇਖੋ ਤੁਸੀਂ ਫਿਰੋਜ਼ਪੁਰ ਦੀ ਗੱਲ ਕੀਤੀ ਆ, ਜੇ ਉਹਨਾਂ ਨੂੰ ਆਉਣ, ਆਪਾਂ ਘਰੇ ਕਿਸੇ ਨੂੰ ਬੁਲਾਉਂਦੇ ਹਾਂ, ਆਪਣੇ ਦੋ ਭਰਾਵਾਂ 'ਚ ਇੱਕ ਬੰਦਾ ਕਿਸੇ ਗੈਸਟ ਨੂੰ ਘਰੇ ਬੁਲਾਉਂਦੇ, ਉਹ ਯਾਰ ਉਹ ਘਰ ਅੰਦਰ ਤਾਂ ਉਹਨੂੰ ਵੜਨ ਦਿਓ। ਜੇ ਘਰੇ ਅੰਦਰ ਵੜਨ ਦੇਵਾਂਗੇ ਕਿਸੇ ਗੈਸਟ ਨੂੰ, ਕਿਸੇ ਮਹਿਮਾਨ ਨੂੰ, ਕਿਸੇ ਸਾਧੂ ਸੰਤ ਨੂੰ, ਤਾਂ ਹੀ ਉਹ ਅੱਗੇ ਆਪਣੇ ਨਾਲ ਦੋ ਲਫ਼ਜ਼ ਸਾਂਝੇ ਕਰੂਗਾ। ਆਪਾਂ ਤਾਂ ਉਹਨਾਂ ਨੂੰ ਅੰਦਰ ਆਉਣ ਹੀ ਨਹੀਂ ਦਿੱਤਾ। ਜੇ ਆਉਂਦੇ ਪੰਜਾਬ 'ਚ ਤਾਂ ਉਹਨਾਂ ਨੇ ਬਹੁਤ ਵੱਡਾ ਪੰਜਾਬ ਲਈ, ਆਮ ਲੋਕਾਂ ਲਈ ਪੈਕੇਜ ਦੇਣਾ ਸੀਗਾ। ਇਹ ਤਾਂ ਆਪਣੀ ਪੰਜਾਬ ਵਾਸੀਆਂ ਦੀ ਮਾੜੀ ਕਿਸਮਤ ਹੀ ਹੈ ਕਿ ਵੀ ਉਹ ਅੰਦਰ ਆ ਨਹੀਂ ਸਕੇ ਅਤੇ ਕਿਸੇ ਕਾਰਨਾਂ ਕਰਕੇ, ਚਲੋ ਸਾਰਿਆਂ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਕਿ ਵੀ ਵਿਕਾਸ ਕਰ ਨਹੀਂ ਸਕੇ। ਵਿਕਾਸ ਕਿਉਂ ਨਹੀਂ ਕਰ ਸਕੇ? ਇੱਕ MLA ਭਾਵੇਂ ਕਿਸੇ ਵੀ ਪਾਰਟੀ ਦਾ ਹੁੰਦੇ, ਫੰਡ ਤਾਂ ਉੱਪਰੋਂ ਹੀ ਆਉਂਦੇ ਆ ਨਾ। ਇਹੀ ਮੈਂ ਆਮ ਬੰਦੇ ਨੂੰ ਸਮਝਾਉਣਾ ਚਾਹੁੰਦਾ ਕਿ ਅਗਰ ਪੰਜਾਬ 'ਚ BJP ਸਰਕਾਰ ਬਣੀ, ਡਬਲ ਇੰਜਨ ਸਰਕਾਰ ਦਾ ਮਤਲਬ ਇਹੀ ਹੈ ਕਿ ਫੰਡ ਜਿਹੜੇ ਹੈਗੇ ਆ ਉਹ ਦਿੱਲੀ ਤੋਂ ਆਉਣੇ ਆ, ਆਪਣਾ ਪੰਜਾਬ ਹਿੰਦੁਸਤਾਨ ਦੀ ਸਰਕਾਰ ਤੋਂ ਆਉਣੇ ਆ ਚਾਹੇ ਪੰਜਾਬ ਸਰਕਾਰ ਤੋਂ ਆਉਣੇ ਆ, ਉਹ ਰਲ ਕੇ ਹੀ ਹੁਣ। ਦੂਸਰਾ ਸਰ ਮਤਲਬ ਜੋ ਸਿਹਤ ਸਹੂਲਤਾਂ ਹੈਗੀਆਂ ਜਗਰਾਓਂ ਦੀਆਂ, ਜੋ ਆਪਣੇ ਹੋਸਪਿਟਲ ਹੈਗਾ ਉਹਦੇ ਲਈ ਕੋਈ ਨਵਾਂ ਜੀ ਕੀ ਕਰੋਗੇ ਤੁਸੀਂ? ਇਹ ਸਰਕਾਰ ਜਿਹੜੇ WHO ਜਿਹੜੇ
हैल्थ सिस्टम हैगे इन्ने वधिया बने हैं, सरकार दी इन्नियां पॉलिसियां, कदे किसी सरकार ने अपना हैल्थ इंश्योरेंस की कोई पॉलिसी की है? सेंटर सरकार कर रही है, पंजाब सरकार नूं पता ही ये सारे पैसे सारे सेंटर सरकार दे आ अते ये अपना ना वरत वरत के लाई जांदे। हुण तुसीं एंबूलेंस ला लो, उत्थे जिहड़े हैगे किसी लीडर ने किसी पार्टी ने अपनी फोटो ला छड़ी, उह सरकार दा सेंटर सरकार दे पैसे नाल एंबूलेंसां आईआं सीगीआं 100 जिहड़ी एंबूलेंस सीगी, ते उह एवें इत्थों वाले पंजाब सरकार वाले कही जांदे सीगे जी असीं लैते हैं, ते सारा जिहड़ा पैसा सेंटर सरकार दा हैगा। अगर सरकार पंजाब 'च बीजेपी दी बणदी है ते दुगना चौगना कई गुना फायदा हो जूगा जी। पर इस तरह सर जो बीजेपी बीजेपी वाले कांग्रेस दे मतलब कैंडिडेट नूं लै रहे जो आ रहे आ, पर जो तुसी कह रहे हो भी चंगा नहीं काम कीता, फिर बीजेपी ज्वाइन करके करनगे चंगा काम? कोई माड़ा बंदा नहीं साढ़े च आ रहा, वधिया वधिया बंदे आ रहे हैगे। नाले ऐ कि भी असी साडियां पॉलिसियां तो साडे जड़ी हैगे वड्डी हैड लीडरशिप तो प्रभावित होकर आ रहे हैं। असी किसी नूं किवें कह सकते हैं, असी थोड़ी किसी नूं घरे जाके बुलाया, असी तां साडे दरवाजे खुले आ भारतीय जनता पार्टी दी नीतियां तो प्रभावित होकर लोग दूजिया पार्टियां छड़ छड़ के आ रहे जी। जगराओं हलके तो सर कांग्रेस के उम्मीदवार 10 उम्मीदवार आ सर, पर चर्चा दे विच 6 हैगे आ, पर हाले तक उन्होंने टिकट अनाउंस नहीं कीतियां जी, की कहना तुहाडा? गल है भरा कि भी जे कोई काबल बंदा इत्थे हुंदा तां ही उन्हूं बीजेपी ने कोई सुनिया कि भी बीजेपी च कि भी एक बंदे तो इलावा दूजे बंदे ने अप्लाई भी किया होवे। ये डिसिप्लिन पार्टी है साडी, इन्हां ने जे मैनू भेजिया तो हर बंदा भावें वर्कर आ भावें चावन सी हरेक बंदे ने ना साथ देना हैगा। मतलब ये हाई कमांड दे झंडे थले काम करते हैं, ये नहीं गा कि भी कांग्रेस वांगू के एक नूं टिकट देनी है बाकी लत्तां खिंचणगे। अजे तां अनाउंस हो दो फिर देखो की बनता है इन्हां दा कांग्रेस दा। दूसरा सर जदों अपने CM साहब चरणजीत चन्नी ते हुण रेड पई हैगी आ उहदे भतीजे ते जो पैसा मिलिया हैगा, चन्नी साहब कह रहे भी उह सियासत तों प्रेरित हैगा जी। उह पंजाबी दी कहावत है जिन्ना खादियां गाजरां ढिड उन्हां दे पीड़, पीड़ उन्हां दी होनी हैगी सर। पहला नहीं ना रेड हुई, बाद च मतलब रेड हुई है, ये तो उन्हां दी पॉलिसी हैगी आ। जिवें उन्हां दे ED इनकम टैक्स सॉरी एक दिन च थोड़ी रेड कर दी आ, दो दो महीने चार चार महीने छे छे महीने वो रैकी करदे आ, उन्हां चैक करदे आ कित्थे संबंध है, कित्थे कौन लैंदा कौन दिंदा, पूरी उन्हां दी रैकी हुंदी है, उदू बाद रेड हुंदी है। ये थोड़ी हैगा कि जिवें तुसी कहने हो कि भी कल अपना इलैक्शन कमीशन दा अनाउंस होया ते उदू थोड़ी रेड हो गया, वो तो प्रोसैस है उन्हां दा, नाले वो बड़िया बड़िया एजेंसियां हैगियां वो गलत काम नहीं करदियां। ठीक है सर, जगराओं हलके लई सर जांदे आंदे की सुनेहा लाओगे वासियों दा? मैं जगराओं हलके नूं हथ जोड़ के बेनती करदा है कि भी एक बारी भारतीय जनता पार्टी नूं मौका दो, अगर भारतीय जनता पार्टी की सरकार बनती है तुसी फर्क आप देखोगे। इत्थे कोई एहो जिहा सिस्टम नहीं कि भी किसे कोई ऊंच नीच पढ़े लिखे अनपढ़, इत्थे सारे बराबर आ। एक बीजेपी ही सरकार आ जिथे वर्कर दी वैल्यू है, सो निश्चिंत हो के तुसी देखोगे कि भी फर्क आ। बड़ियां पॉलिसियां जिहड़ियां सेंटर चो आ रही हैगियां आउंदियां अते इन बिनों दी पालना होगी। नाले मोर ओवर मैं तहसीलदार हाँ, मैनूं पता है कि काम किवें कदों कित्थे हुंदा हैगा। आपां हवा जे तीर नहीं मारने, आपां काम करना है, काम करके दिखावांगे। कोई वादा नहीं, कोई ये नहीं कि भी असीं एवें मीटिंगां च टाइम वेस्ट करांगे, इसे दी पदरी गल आ का पॉलिसी देख के काम करांगे। धन्यवाद जी तुहाडा जी, आपां गलबात कीती आ कोमल नरेंद्र सिंह जी ना जो BJP दे जगराओं हल्के दे कैंडिडेट आ, उन्हां कहा कि असी साढ़े ते विश्वास करो जगराओं हल्का वासियां नूं भी साड़ी जो सरकार जे पंजाब विच आउंदी हैगी आ तां असी जगराओं हल्के लई एक चंगा काम करांगे, विकास करांगे। वेखदे रहो रैगुलर ग्राउंड 24 न्यूज़ चैनल, मैं तुहाडा अपना राजगालब कैमरामैन रमन जगराओं नाल, धन्यवाद जी।